ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ। ਕਰੰਟ ਇਸ਼ੂ ਲਈ ਚੱਲਦੇ ਹਾਂ ਗੁਰਦਾਸਪੁਰ। ਦੋਸਤੋ, ਸ਼ਰਾਬ ਦੇ ਠੇਕੇ 'ਤੇ ਹੋਈ ਫਾਇਰਿੰਗ, ਔਰ ਇਸ ਫਾਇਰਿੰਗ ਦੇ ਵਿੱਚ ਇੱਕ ਸ਼ਰਾਬ ਦੇ ਠੇਕੇ 'ਤੇ ਜੋ ਕਰਿੰਦਾ ਕੰਮ ਕਰ ਰਿਹਾ ਸੀ ਉਸ ਗਰੀਬ ਦੇ ਲੱਗੀ ਹੈ ਗੋਲੀ। ਇਹ ਕੌਣ ਸੀ ਫਾਇਰਿੰਗ ਕਰਨ ਵਾਲਾ, ਕਿਸ ਤਰ੍ਹਾਂ ਪੁਲਿਸ ਦੇ ਅੜਿੱਕੇ ਚੜਿਆ ਜਾਂ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਪੂਰੀ ਜਾਣਕਾਰੀ ਦੇਣ ਵਾਸਤੇ ਮੇਰੇ ਨਾਲ ਗੁਰਦਾਸਪੁਰ ਤੋਂ ਜੁੜ ਚੁੱਕੇ ਨੇ ਸੁਖਦੇਵ ਰੰਧਾਵਾ ਜੀ। ਉਹਨਾਂ ਤੋਂ ਅਪਡੇਟ ਲੈਂਦੇ ਹਾਂ। ਰੰਧਾਵਾ ਜੀ, ਕੀ ਅਪਡੇਟ ਹੈ ਇਸ ਖਬਰ ਨੂੰ ਲੈ ਕੇ? ਮੈਂ ਸੋਚਾ ਜੀ ਦੱਸਣਾ ਚਾਹੁੰਦਾ ਕਿ ਗੁਰਦਾਸਪੁਰ ਦੇ ਪਿੰਡ ਸੇਖਵਾਂ ਦੇ ਵਿੱਚ ਜਿਹੜੀ ਇੱਕ ਸ਼ਰਾਬ ਦੇ ਠੇਕੇ 'ਤੇ ਜਿਹੜੀ ਆ ਅਗਿਆਤ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਆ, ਜਿਹਦੇ ਵਿੱਚ ਇੱਕ ਜਿਹੜਾ ਉੱਥੋਂ ਦਾ ਸ਼ਰਾਬ ਦਾ ਕਰਿੰਦਾ ਸੀ, ਜੋ ਆਪਣਾ ਉੱਥੇ ਕੰਮ ਕਰਦਾ ਸੀ ਜਾਂ ਮੁਲਾਜ਼ਮ ਸੀ ਸਰਜੀਤ ਸਿੰਘ, ਉਹ ਜ਼ਖਮੀ ਜਿਹੜਾ ਉਹ ਇਸ ਆਧਾਰ 'ਤੇ ਹੋ ਗਿਆ ਹੈ, ਜਿਹਨੂੰ ਸਿਵਲ ਹਸਪਤਾਲ ਬਟਾਲਾ ਵਿੱਚ ਜਿਹੜਾ ਵਾ ਆਪਣਾ ਦਾਖਲ ਕਰਾ ਦਿੱਤਾ ਗਿਆ, ਅਤੇ ਅਗਿਆਤ ਲੋਕਾਂ ਦੇ ਖਿਲਾਫ਼ ਜਿਹੜੀ ਉਹ ਕਾਰਵਾਈ ਸ਼ੁਰੂ ਜਿਹੜੀ ਆ ਪੁਲਿਸ ਨੇ ਕਰ ਦਿੱਤੀ ਹੈ। ਜੀ ਸੋਤਾ ਜੀ, ਰੰਧਾਵਾ ਸਾਹਿਬ, ਆਖਿਰ ਗੱਲ ਕੀ ਸੀਗੀ, ਕਿਉਂ ਫਾਇਰਿੰਗ ਕੀਤੀ ਇਹਨਾਂ ਨੌਜਵਾਨਾਂ, ਜਿਹੜੇ ਅਗਿਆਤ ਲੋਕ ਸੀ, ਮਤਲਬ ਕਿ ਚੀਜ਼ ਦੀ ਡਿਮਾਂਡ ਕਰਦੇ ਸੀ ਜਾਂ ਕੀ ਸੀ ਕਾਰਨ? ਇਹ ਇੱਥੇ ਇਹ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਆ ਸ਼ਰਾਬ ਜਿਹੜੀ ਸੀ ਇਹ ਦੇਰ ਰਾਤ ਜਿਹੜੀ ਉਹ ਆਪਣਾ ਲੈਣ ਆਏ ਸੀ, ਅਤੇ ਜਿਹਦੇ ਅੰਦਰ ਉਹਨੇ ਸਿੱਧੀਆਂ ਜਿਹੜੀਆਂ ਉਹਦੇ ਗੋਲੀਆਂ ਲਗਾ ਤੀਆਂ, ਜਿਹਦੇ ਵਿੱਚ ਉਹਦੇ ਪੈਰ ਦੇ ਉੱਤੇ ਜਿਹੜੀਆਂ ਉਹਦੇ ਗੋਲੀਆਂ ਲੱਗੀਆਂ ਸਰਜੀਤ ਸਿੰਘ ਦੇ, ਅਤੇ ਉਹ ਫਾਇਰ ਕਰਕੇ ਜਿਹੜੇ ਉਹ ਫਿਰ ਬਾਅਦ ਦੇ ਵਿੱਚ ਜਿਹੜੇ ਆ ਉਹ ਫਰਾਰ ਹੋ ਗਏ ਆ। ਅਤੇ ਜਿਹੜੇ ਡੀ ਐਸ ਪੀ ਇਹ ਡੀ ਕੇ ਸਿੰਗਲਾ ਵਾ, ਉਹਨਾਂ ਦੱਸਿਆ ਕਿ ਇਹਦੀ ਜਿਹੜੀ ਸੂਚਨਾ ਮਿਲੀ ਹੈ ਅਤੇ ਪੁਲਿਸ ਪਾਰਟੀ ਜਿਹੜੀ ਉਹ ਮੌਕੇ 'ਤੇ ਪਹੁੰਚ ਗਈ ਆ ਅਤੇ ਇਹਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਆ, ਅਤੇ ਇਹਦਾ ਜਿਹੜਾ ਮਾਮਲਾ ਵਾ ਉਹ ਸੇਖਵਾਂ ਥਾਣੇ ਦੇ ਵਿੱਚ ਜਿਹੜੀ ਆ ਉਹ ਅਗਿਆਤ ਲੋਕਾਂ ਵਾ ਦੇ ਖਿਲਾਫ਼ ਜਿਹੜੀ ਉਹ ਕਾਰਵਾਈ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਪਰਚਾ ਦਰਜ ਕਰਕੇ। ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਛੇਤੀ ਜਿਹੜੀ ਆ ਉਹਨਾਂ ਨੂੰ ਜਿਹੜੀ ਉਹਨਾਂ ਦੀ ਆਰੋਪੀ ਆ ਉਹ ਗ੍ਰਿਫਤਾਰ ਕਰ ਲਏ ਜਾਣਗੇ। ਰੰਧਾਵਾ ਸਾਹਿਬ, ਕੋਈ ਸੀ ਸੀ ਟੀ ਵੀ ਦੀ ਫੁਟੇਜ ਆਈ ਹੈ ਉਹਨਾਂ ਗੋਲੀ ਫਾਇਰਿੰਗ ਚਲਾਉਂਦਿਆਂ ਦੀ, ਕੋਈ ਸੀ ਸੀ ਟੀ ਵੀ ਦੀ ਫੁਟੇਜ? ਇਹ ਹਜੇ ਜਿਹੜੀ ਆ ਇਹ ਜਾਂਚ ਦਾ ਵਿਸ਼ਾ ਹੈ, ਅਤੇ ਜਿਹੜੀ ਆ ਪੁਲਿਸ ਆ ਉਹ ਹਰ ਪਾਸੇ ਹਰ ਐਂਗਲ ਤੋਂ ਜਿਹੜੀ ਆ ਉਹ ਜਾਂਚ ਜਿਹੜੀ ਆ ਉਹ ਕਰ ਰਹੀ ਹੈ। ਬਹੁਤ ਬਹੁਤ ਮਿਹਰਬਾਨੀ ਰੰਧਾਵਾ ਸਾਹਿਬ, ਤੁਸੀਂ ਅਪਡੇਟ ਦਿੱਤੀ ਆ। ਦੋਸਤੋ, ਸ਼ਰਾਬ ਦੇ ਠੇਕੇ ਦੇ ਉੱਪਰ ਕੁਛ ਅਗਿਆਤ ਲੋਕਾਂ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ, ਔਰ ਇਸ ਫਾਇਰਿੰਗ ਦੇ ਵਿੱਚ ਉਸੇ ਹੀ ਠੇਕੇ ਦਾ ਇੱਕ ਕਰਿੰਦਾ ਹੈ ਜਿਸ ਕਰਿੰਦੇ ਦੇ ਲੱਗੀ ਆ ਗੋਲੀ, ਲੇਕਿਨ ਪੁਲਿਸ ਜਿਹੜੀ ਹੈ ਉਸਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿੱਚ ਕੀ ਗੱਲਬਾਤ ਹੋਈ ਹੈ, ਆਓ ਸੁਣਦੇ ਹਾਂ। ਹਾਂਜੀ, ਕੀ ਨਾਮ ਤੁਹਾਡਾ? ਸੁਰਜੀਤ ਸਿੰਘ। ਕੀ ਹੋਇਆ ਘਟਨਾ? ਬੰਦੇ ਆਏ ਦੋ। ਹਾਂਜੀ, ਕਿੱਥੇ ਆਏ? ਠੇਕੇ ਸੁਰਜੀਤ ਸਿੰਘ ਜੀ, ਠੇਕੇ ਕੀ ਨਾਮ ਹੈ ਤੁਹਾਡਾ? ਸੁਰਜੀਤ ਸਿੰਘ। ਪੁੱਤਰ? ਸ਼੍ਰੀ ਵਿਆਸ ਦੇਵ। ਪਿੰਡ ਕਿਹੜਾ ਆਪਣਾ? ਹਿਮਾਚਲ। ਹਿਮਾਚਲ। ਭਾਈ ਤੁਸੀਂ ਇੱਥੇ ਕੀ ਕਰ ਰਹੇ ਹੋ? ਠੇਕੇ 'ਤੇ ਨੌਕਰੀ। ਕਿਹੜੇ ਠੇਕੇ 'ਤੇ? ਸੇਖਵਾਂ। ਸੇਖਵਾਂ ਠੇਕੇ, ਸ਼ਰਾਬ ਠੇਕੇ 'ਤੇ? ਹਾਂਜੀ ਹਾਂ। ਠੀਕ ਹੈ, ਕੀ ਗੱਲ ਹੋਈ ਹੈ? ਰਾਤ ਨੂੰ ਬੰਦੇ ਦੋ ਆਏ ਮੇਰੇ ਕੋਲ। ਕਿੰਨੇ ਵਜੇ ਦੇ ਟਾਈਮ? 10:15 ਦਾ ਸਮਾਂ। 10:15 ਦਾ ਟਾਈਮ। ਹਾਂਜੀ। ਅਤੇ ਮੈਨੂੰ ਕਹਿੰਦੇ ਤਾਲਾ ਖੋਲ, ਮੈਂ ਜੰਗਲਾ ਹੀ ਲੱਗਾ, ਅਤੇ ਮੈਂ ਬੈਠਾ ਸੀ ਉੱਤੇ ਬੈਂਚ 'ਤੇ, ਜੰਗਲਾ ਲੱਗਾ ਸੀ ਅਤੇ ਜੰਗਲੇ ਦਾ ਤਾਲਾ ਲੱਗਾ ਸੀ, ਕਹਿੰਦੇ ਤਾਲਾ ਖੋਲ, ਮੈਂ ਤੁਸੀਂ ਲੈਣਾ ਕੀ ਸੀ? ਕਹਿੰਦੇ ਤੈਨੂੰ ਕਿਹਾ ਤਾਲਾ ਖੋਲ ਵੀ, ਮੈਂ ਤਾਲਾ ਖੋਲ ਲੈਣਾ, ਉਹਨਾਂ ਤਾਲੇ ਇੱਦਾਂ ਕਰਕੇ ਥੱਲੇ ਨੂੰ ਗੋਲੀਆਂ ਚਲਾ ਦੀਆਂ, ਅਤੇ ਮੇਰੇ ਦੋ ਗੋਲੀਆਂ ਲੱਗ ਗਈਆਂ। ਗੋਲੀ ਕਿੱਥੇ ਲੱਗੀ? ਇੱਕ ਆ ਲੱਤ ਦੇ ਕੇ। ਕਿੰਨੇ ਵਜੇ ਭਾਈ? 2 ਵਜੇ। ਟਾਈਮ ਕਿੰਨੇ ਵਜੇ ਦਾ ਸੀ? 10:15 ਵਜੇ। 10:15 ਦਾ। ਉਸ ਤੋਂ ਬਾਅਦ? ਉਸ ਤੋਂ ਬਾਅਦ ਫੋਨ ਕੀਤਾ ਆਪਣੇ ਟੇਕਿਆਂ ਨੇ, ਉਹਨੂੰ ਲਾਈਟ 'ਤੇ ਲਿਆ ਦਿੰਦਾ ਮੈਨੂੰ। ਠੀਕ ਹੈ। ਬੰਦੇ ਪਛਾਣ 'ਚ ਜੀ ਕੋਈ? ਨਹੀਂ। ਬੰਦੇ ਹੈ ਕਾਤੇ? ਇਹ ਨਹੀਂ ਪਤਾ ਕਾਤੇ ਆਏ। ਠੇਕਾ ਤੁਹਾਡਾ ਕਿੱਥੇ ਜੀ? ਸੇਖਵਾਂ। ਕੀ ਪੁਲਿਸ ਕਾਰਵਾਈ ਕਰ ਰਹੀ ਹੈ? ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਰਾਤ ਇੱਥੇ ਇੱਕ ਜੋ ਉਹਨਾਂ ਦਾ ਠੇਕੇ ਦੇ ਕਰਿੰਦਾ ਹੈਗਾ,
ਉਸਦੇ ਕੋਈ ਗੋਲੀ ਲੱਗੀਆਂ ਹੈਗੀਆਂ ਨੇ ਅਤੇ ਉਹ ਇਸ ਵਕਤ ਹੋਸਪਿਟਲ ਐਡਮਿਟ ਹੈਗਾ ਅਤੇ ਹਜੇ ਤੱਕ ਦੀ ਇਨਫੋਰਮੇਸ਼ਨ ਦੇ ਮੁਤਾਬਿਕ ਉਹਦੀ ਲੱਤ 'ਚ ਗੋਲੀ ਲੱਗੀ ਹੈਗੀ ਹੈ ਅਤੇ ਅਸੀਂ ਅੱਗੇ ਫਰਦਰ ਇਨਵੈਸਟੀਗੇਸ਼ਨ ਕਰਦੇ ਪਏ ਅਤੇ ਆਪਣੀ ਜੋ ਪੁਲਿਸ ਕਾਰਵਾਈ ਬਣਦੀ ਕਾਰਵਾਈ ਉਹ ਕਰਦੇ। ਸਰ ਇਹ ਜਿਹੜਾ ਇਲਾਕੇ ਦੇ ਵਿੱਚ ਬੇਖੌਫ ਅਪਰਾਧੀ ਫਿਰਦੇ ਪਏ ਆ, ਪਿੱਛੇ ਜੀ ਵੀ ਗੱਡੀ ਜਿੱਦਾਂ ਕਿਡਨੈਪ ਕਰ ਲਈ ਗਈ ਹੈ ਹਥਿਆਰਾਂ ਦੀ ਨੋਕ 'ਤੇ, ਅਤੇ ਪੁਲਿਸ ਦੇ ਖਿਲਾਫ ਫਿਰ ਹੁਣ ਕੀ ਨਾਕਾਬੰਦੀ ਕਰੇਗੀ, ਕੀ ਕਾਰਵਾਈ ਕਰਨੀ ਪੁਲਿਸ ਫਰਾਂਡ? ਤੁਸੀਂ ਦੇਖਿਆ ਹੋਣਾ ਕੱਲ੍ਹ ਕ੍ਰਿਸਮਿਸ ਸੀ, ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਅਤੇ ਹੁਣ ਵੀ ਨਵੇਂ ਸਾਲ ਤੋਂ ਜਿਵੇਂ ਨਵਾਂ ਸਾਲ ਆ ਰਿਹਾ ਉਹਦੇ ਲਈ ਅਸੀਂ ਸਪੈਸ਼ਲ ਨਾਕਾਬੰਦੀ ਕਰਦੇ ਪਏ ਹਾਂ ਅਤੇ ਇਹ ਜੀ ਅੱਗੇ ਤੋਂ ਘਟਨਾਵਾਂ 'ਤੇ ਅਸੀਂ ਸਾਡੀ ਪੂਰੀ ਪੂਰੀ ਕੋਸ਼ਿਸ਼ ਹੈ ਕਿ ਅੱਗੇ ਤੋਂ ਇਹ ਘਟਨਾਵਾਂ ਨਾ ਹੋਣ ਜਾਂ ਉਹਨਾਂ ਨੂੰ ਰੋਕਿਆ ਜਾ ਸਕੇ। ਇਹ ਸੀ ਹੁਣ ਤੱਕ ਦੀ ਅਪਡੇਟ, ਨਵੀਆਂ ਅਤੇ ਤਾਜ਼ਾ ਖਬਰਾਂ ਲਈ ਜੁੜੇ ਰਹੋ ਏਬਨ ਪੰਜਾਬੀ ਟੀਵੀ ਦੇ ਨਾਲ।